ਘੋੜੇ ਤੇ ਸਵਾਰ ਹੋ ਕੇ ਸਕੂਲ ਨੂੰ ਜਾ ਰਹੀ ਵਿਦਿਆਰਥਣ ਕਿਸੇ ਫਿਲਮ ਦਾ ਹਿੱਸਾ ਨਹੀਂ ਹੈ, ਬਲਕਿ ਇਹ ਹੈ ਕੇਰਲ ਦੀ ਵਿਦਿਆਰਥਣ ਜਿਹੜੀ ਕਿ 10ਵੀਂ ਕਲਾਸ ਵਿੱਚ ਪੜ੍ਹਦੀ ਦੱਸੀ ਜਾ ਰਹੀ ਹੈ ਤੇ ਆਪਣਾ ਪੇਪਰ ਪਾਉਣ ਦੇ ਲਈ ਇਸਨੇ ਕਿਸੇ ਵਾਹਨ ਦੀ ਵਰਤੋਂ ਨਹੀਂ ਕੀਤੀ, ਬਲਕਿ ਘੋੜੇ ਤੇ ਸਵਾਰ ਹੋ ਕੇ ਇਹ ਸਕੂਲ ਨੂੰ ਪੇਪਰ ਪਾਉਣ ਦੇ ਲਈ ਜਾ ਰਹੀ ਹੈ। ਸਕੂਲ ਨੂੰ ਜਾਂਦੇ ਸਮੇਂ ਇਸ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੇ ਹੁਣ ਸੋਸ਼ਲ ਮੀਡੀਆ ਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਲੋਕਾਂ ਵੱਲੋਂ ਇਸ ਕੁੜੀ ਦੇ ਲਈ ਵੱਖੋ ਵੱਖਰੇ ਕਮੈਂਟ ਛੱਡੇ ਜਾ ਰਹੇ ਨੇ। ਕਹਿੰਦੇ ਨੇ ਕਿ ਸਕੂਲੀ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਵਾਹਨ ਨਹੀਂ ਦੇਣਾ ਚਾਹੀਦਾ, ਸ਼ਾਇਦ ਇਸੇ ਕਰਕੇ ਕੁੜੀ ਨੇ ਸਕੂਲ ਜਾਣ ਲਈ ਘੋੜਾ ਹੀ ਰੱਖ ਲਿਆ, ਨਾ ਤਾਂ ਲਾਇਸੈਂਸ ਦੀ ਜ਼ਰੂਰਤ ਅਤੇ ਨਾ ਹੀ ਤੇਲ ਦਾ ਖਰਚਾ। ਜਿੱਥੇ ਕਈ ਲੋਕਾਂ ਵੱਲੋਂ ਇਸ ਕੁੜੀ ਦੇ ਪੱਖ ਵਿੱਚ ਕਮੈਂਟ ਕੀਤੇ ਜਾ ਰਹੇ ਨੇ, ਉੱਥੇ ਹੀ ਕਈਆਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਗੱਲ ਭਾਰਤ ਦੀਆਂ ਸਰਕਾਰਾਂ ਤੱਕ ਸੁੱਟੀ ਜਾ ਰਹੀ ਹੈ। ਖੈਰ, ਤੁਸੀਂ ਇਸ ਵੀਡੀਓ ਨੂੰ ਕਿਵੇਂ ਵੇਖਦੇ ਹੋ? ਤੁਸੀਂ ਵੀ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਿੰਦਰਜੀਤ ਕੌਰ ਹੈ, ਪਿੰਡ ਰਕਬਾ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਹਾਂ ਮੈਂ। ਮੈਨੂੰ ਜੀ ਮਲਟੀਪਲ ਮਾਇਲੋਮਾ ਦੀ ਸ਼ਿਕਾਇਤ ਸੀਗੀ। ਮੈਨੂੰ 3 ਕੁ ਸਾਲ ਪਹਿਲਾਂ ਪਤਾ ਚੱਲਿਆ ਇਸ ਦੇ ਬਾਰੇ 'ਚ। ਉਸ ਤੋਂ ਪਹਿਲਾਂ ਮੈਂ ਬਹੁਤ ਡਾਕਟਰਾਂ ਕੋਲ ਬਹੁਤ ਫਿਰੀ ਹਾਂ, ਗੁੜਗਾਓਂ ਗਈ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਵੱਡੇ ਵੱਡੇ ਹੋਸਪਿਟਲ ਦੇ ਵਿੱਚ ਗਈ, ਜਿੱਥੋਂ ਕਿ ਮੈਨੂੰ ਡਾਕਟਰ ਸਾਹਿਬ ਨੇ ਬਹੁਤ ਮਹਿੰਗਾ ਇਲਾਜ ਦੱਸਿਆ ਸਾਰਿਆਂ ਨੇ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਸੇ ਨੇ ਇੱਥੋਂ ਪਤਾ ਚੱਲਿਆ ਸਾਨੂੰ ਲੁਧਿਆਣੇ ਤੋਂ ਹੀ ਕਿ ਕੁਹਾੜੇ ਰਮਨ ਕੇਅਰ ਸੈਂਟਰ ਹੈ, ਕੈਂਸਰ ਕੇਅਰ ਸੈਂਟਰ। ਫਿਰ ਅਸੀਂ ਉੱਥੇ ਗਏ ਡਾਕਟਰ ਹਰਵਿੰਦਰ ਸਿੰਘ ਜੀ ਕੋਲ, ਅਤੇ ਇੱਥੋਂ ਫਿਰ ਮੈਂ 6-7 ਮਹੀਨੇ ਦਵਾਈ ਖਾਧੀ ਹੈ। ਦਵਾਈ ਖਾ ਕੇ ਫਿਰ ਮੈਂ ਬਿਲਕੁਲ ਨੋਰਮਲ ਹੋ ਗਈ, ਮੇਰੇ ਸਾਰੇ ਟੈਸਟ ਜਿਹੜੀਆਂ ਰਿਪੋਰਟਸ ਸਾਰੀਆਂ ਨੋਰਮਲ ਆਈਆਂ ਨੇ।